ਹਾਂਜੀ ਦੋਸਤੋ, ਸਭ ਦਾ ਸਵਾਗਤ ਹੈ ਜੀ। ਅਤੇ ਪੰਜਾਬ ਵਿੱਚ ਪੀਲੀ ਕੁੰਗੀ ਦਾ ਕਿਹੜੇ ਏਰੀਏ ਵਿੱਚ ਹਮਲਾ ਸ਼ੁਰੂ ਹੋਇਆ ਅਤੇ ਕਿਹੜੀ ਕਣਕ ਨੂੰ ਇਹ ਹਮਲਾ ਸ਼ੁਰੂ ਹੋਇਆ, ਕਿਹੜੀ ਵਰਾਇਟੀ ਨੂੰ, ਇਹਦੇ ਬਾਰੇ ਜਾਣਕਾਰੀ ਦੇ ਰਿਹਾ। ਅਤੇ ਹਾਂਜੀ ਦੋਸਤੋ, ਪੀਲੀ ਕੁੰਗੀ ਦਾ ਜਿਹੜਾ ਹਮਲਾ ਹੋਇਆ ਉਹ ਪੰਜਾਬ ਵਿੱਚ ਕੁਛ ਇੱਕ ਥਾਵਾਂ 'ਤੇ ਸ਼ੁਰੂ ਹੋਇਆ ਅਤੇ ਇਹ ਜਾਣਕਾਰੀ ਜਿਹੜੀ ਪੰਜਾਬ ਐਗਰੀ ਯੂਨੀਵਰਸਿਟੀ ਦੇ ਇੱਕ ਪੋਸਟ ਤੋਂ ਮਿਲੀ ਹੈ, ਜਿੱਥੇ ਉਹਨਾਂ ਨੇ ਲਿਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਹਿਰਾ ਵੱਲੋਂ ਨੀਮ ਪਹਾੜੀ ਇਲਾਕਿਆਂ ਵਿੱਚ ਕਣਕ ਦਾ ਸਰਵੇਖਣ ਕਰਨ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਸ਼੍ਰੀ ਅਨੰਦਪੁਰ ਸਾਹਿਬ, ਚੰਦਪੁਰ ਬੇਲਾ, ਉੱਪਰਲੀ ਡਰੌਲੀ, ਸੰਧੇਵਾਲ, ਡੁੱਕਲੀ ਅਤੇ ਲੰਘ ਮਜ਼ਾਰੀ, ਚਮਕੌਰ ਸਾਹਿਬ ਦੇ ਫਤਿਹਗੜ੍ਹ, ਵੀਰਾਂ, ਪਠਾਨਕੋਟ ਦੇ ਧਾਰਕਲਾਂ, ਢੁੰਗ, ਟੱਕੀ ਸੈਦਾਂ ਅਤੇ ਚੱਕ ਨਰੈਣੀ ਬਲਾਕ ਵਿੱਚ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਦਿਆਲ ਅਤੇ ਪਰਾਗਪੁਰ ਪਿੰਡਾਂ ਵਿੱਚ ਪੀਲੀ ਕੁੰਗੀ ਦਾ ਹਮਲਾ ਕੁਝ ਕੁ ਖੇਤਾਂ ਵਿੱਚ ਸ਼ੁਰੂ ਹੋਇਆ ਅਤੇ ਡਾਕਟਰ ਨਰਿੰਦਰ ਸਿੰਘ, ਮੁਖੀ ਪੌਦਾ ਰੋਗ ਵਿਭਾਗ, ਨੇ ਦੱਸਿਆ ਕਿ ਇਸ ਵੇਲੇ ਪੀਲੀ ਕੁੰਗੀ ਦੇ ਵਧਣ ਫੁੱਲਣ ਲਈ ਮੌਸਮ ਬਹੁਤ ਅਨੁਕੂਲ ਚੱਲ ਰਿਹਾ ਅਤੇ ਸਭ ਤੋਂ ਪਹਿਲਾਂ ਪੀਲੀ ਕੁੰਗੀ ਦੇ ਖੇਤਾਂ ਵਿੱਚ ਧੋੜਿਆਂ 'ਚ ਦਿਖਾਈ ਦਿੰਦੀ ਹੈ ਅਤੇ ਇਸ ਲਈ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਦੋਂ ਹੀ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਪੱਤਾਂ ਉੱਤੇ ਪੀਲੀਆਂ, ਧੂੜੇਦਾਰ ਧਾਰੀਆਂ ਧੌੜੀਆਂ ਵਿੱਚ ਦਿਖਾਈ ਦੇਣ ਤਾਂ ਉਹਨਾਂ ਧੌੜੀਆਂ 'ਤੇ ਅਤੇ ਆਲੇ ਦੁਆਲੇ ਦੀ ਫਸਲ 'ਤੇ ਨਟੀਵੋ 9 ਗ੍ਰਾਮ ਪ੍ਰਤੀ ਢੋਲੀ 15 ਲੀਟਰ ਵਾਲੀ ਜਾਂ ਟਿਲਟ 25 ਸੀ ਜਾਂ ਛਾਈਨ 25 ਸੀ ਜਾਂ ਬੰਪਰ 25 ਸੀ ਜਾਂ ਕੰਪਾਸ 25 ਸੀ ਜਾਂ ਐਸ ਟਿਲਟ 25 ਸੀ ਜਾਂ ਮਾਰਗਜ਼ੋਲ 25 ਸੀ। 1 ਮਿਲੀਲੀਟਰ ਦਵਾਈ 1 ਲੀਟਰ ਪਾਣੀ ਦੇ ਘੋਲ ਵਿੱਚ ਘੋਲ ਕੇ ਇਸ ਤਰ੍ਹਾਂ ਦੀ ਡੋਜ਼ ਬਣਾ ਕੇ ਅਤੇ ਉਸ ਨੂੰ ਸਪਰੇਅ ਕੀਤਾ ਜਾਵੇ। ਅਤੇ ਉਹਨਾਂ ਅੱਗੇ ਜਾਣਕਾਰੀ ਹੋਰ ਵਧਾਉਂਦਿਆਂ ਦੱਸਿਆ ਕਿ ਇਸ ਸਮੇਂ ਚੱਲ ਰਿਹਾ ਮੌਸਮ ਜਿਹੜਾ, ਜਿਵੇਂ ਲਗਾਤਾਰ ਬੂੰਦਾਬਾਂਦੀ, ਬੱਦਲਵਾਈ ਵਗੈਰਾ, ਕਣਕ ਦੀ ਕਰਨਾਲ ਬੰਟ, ਜਿਸ ਨੂੰ ਦਾਣੇ ਦੀ ਕਾਲਖ ਵੀ ਕਹਿੰਦੇ ਹਨ, ਉਸ ਬਿਮਾਰੀ ਵਾਸਤੇ ਅਨੁਕੂਲ ਹੈ। ਪਿਛਲੇ ਕੁਝ ਸਾਲਾਂ ਦੇ ਸਰਵੇਖਣਾਂ ਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਕਿ ਇਸ ਬਿਮਾਰੀ ਦੇ ਕਣ ਬੀਜ ਅਤੇ ਮਿੱਟੀ ਵਿੱਚ ਮੌਜੂਦ ਰਹਿੰਦੇ ਨੇ, ਜਿਹੜੇ ਹਵਾ ਰਾਹੀਂ ਉੱਡ ਕੇ ਬਣ ਰਹੇ ਬੀਜ 'ਤੇ ਸਿੱਧਾ ਹਮਲਾ ਕਰ ਦਿੰਦੇ ਹਨ, ਜਿਸ ਨਾਲ ਦਾਣਿਆਂ 'ਤੇ ਕਾਲੇ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ। ਸਮੇਂ ਸਿਰ ਬੀਜੀ ਫਸਲ ਗੋਭ 'ਤੇ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਛੇਤੀ ਇਹ ਹੁਣ ਫਸਲ ਨਿਸਰਨ ਲੱਗ ਰਹੀ ਹੈ, ਜੋ ਕਿ ਇਸ ਬਿਮਾਰੀ ਦੇ ਹਮਲੇ ਲਈ ਢੁੱਕਵੀਂ ਅਵਸਥਾ ਹੈ। ਮੌਜੂਦਾ ਚੱਲ ਰਹੇ ਮੌਸਮ ਦੀਆਂ ਹਾਲਾਤਾਂ ਪਹਿਲਾਂ ਦੱਸੀਆਂ ਢੁੱਕਵੀਆਂ ਹਾਲਾਤਾਂ ਨਾਲ ਮੇਲ ਖਾਂਦੀਆਂ ਹਨ। ਜਦੋਂ ਵੀ ਫਸਲ ਨਿਸਾਰੇ 'ਤੇ ਆਉਣੀ ਸ਼ੁਰੂ ਹੋ ਜਾਵੇ ਤਾਂ ਸਿਫਾਰਸ਼ ਕੀਤੇ ਉੱਲੀ ਨਾਸ਼ਕ ਟਿਲਟ 25 ਤਾਕਤ ਨੂੰ 200 ਮਿਲੀਲੀਟਰ ਮਾਤਰਾ 200 ਲੀਟਰ ਪਾਣੀ ਵਿੱਚ ਪਾ ਕੇ ਕੂਣ ਵਾਲੀ ਨੋਜ ਨਾਲ ਛਿੜਕਾਅ ਕਰੋ ਤਾਂ ਜੋ ਬਿਮਾਰੀ ਰਹਿਤ ਬੀਜ ਪੈਦਾ ਕੀਤਾ ਜਾ ਸਕੇ। ਅਤੇ ਉਹਨਾਂ ਨੇ ਆਖਿਆ ਕਿ ਜਦੋਂ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ, ਇਸ ਲਈ ਫਸਲ ਦੀ ਸਹੀ ਅਵਸਥਾ 'ਤੇ ਹੀ ਛਿੜਕਾਅ ਕਰਨਾ ਚਾਹੀਦਾ, ਭਾਵ ਜਦੋਂ ਗੋਭਾਂ ਭਰੀਆਂ ਹੋਣ ਉਦੋਂ ਹੀ ਕਣਕ ਦੀ ਫਸਲ ਉੱਤੇ ਇਹ ਜਿਹੜੀ ਸਪਰੇ ਵਧੀਆ ਕਾਰਗਰ ਸਿੱਧ ਹੋਵੇਗੀ। ਅਤੇ ਯੂਨੀਵਰਸਿਟੀ ਦੇ ਮਹਿਰਾਂ ਨਾਲ ਗੱਲ ਕਰਨ ਦੇ ਲੱਗਾ ਹੈ ਕਿ ਜਿਹੜੇ ਥੋੜ੍ਹੇ ਮੋਟੇ ਏਰੀਆ ਦੇ ਵਿੱਚ ਇਹ ਪੀਲੀ ਕੁੰਗੀ ਦੀ ਬਿਮਾਰੀ ਪਈ ਹੈ, ਉਹ 29-67 ਵਰਾਇਟੀ ਨੂੰ ਪਈ ਹੋਈ ਹੈ, ਜਿਹੜਾ ਕਿ PAU ਲੁਧਿਆਣਾ ਦੇ ਮਹਿਰਾਂ ਨੇ ਦੱਸਿਆ ਹੈ। ਸੋ ਇਹ ਸੀ ਦੋਸਤੋ ਪੀਲੀ ਕੁੰਗੀ ਬਾਰੇ ਜਾਣਕਾਰੀ। ਬਹੁਤ ਬਹੁਤ ਧੰਨਵਾਦ।